ਸੋ ਹੋਏ ਗਾਈਜ਼, ਉਹ ਸਭ ਕੀ ਹਾਲ ਚਾਲ ਹੈ? ਸਭ ਤੋਂ ਫਲੀ ਸਾਰੇ ਵਧੀਆ ਹੋਵੋਗੇ। ਮਜ਼ਾ ਆਇਆ ਐਂਥਮ ਨਕਾਬ ਢਿੱਲੋਂ MK ਬੀਟਸ, ਯੋ ਮਜ਼ਾ ਵਾਲਾ ਐਂਥਮ ਆ ਬੇਬੀ। MK ਬੀਟਸ ਦਾ ਮਿਊਜ਼ਿਕ ਆ, ਮਿਸ ਮਾਸਟਰ ਕਲਪ੍ਰਿਟ ਕਹਿ ਸਕਦੇ ਇੱਕ ਤਰੀਕੇ ਨਾਲ, ਠੀਕ ਹੈ, ਜਾਂ ਕੁਲਪ੍ਰੀਤ ਕਹਿ ਸਕਦੇ। ਵਿਜੂਅਲ ਸਿਮਰ VFX, ਲੈਟਸ ਚੈੱਕ ਇਟ। ਨਾ ਮਿਹਨਤਾਂ ਤੋਂ ਭੱਜੇ ਨਾ ਪਾਲੇ ਕੱਚੇ ਖਾਬਾ ਕੁੜੇ ਦਿਲ ਤੇ। ਵੋਕਲ ਸੁਣ, ਟੋਨ ਬੜੀ ਵਧੀਆ ਲੱਗੀ ਹੈ ਵੀ। ਫਿਲਟਰ ਨਹੀਂ ਲਾਏ ਭਾਵੇਂ ਚਿਹਰੇ ਦੇ ਨਕਾਬ ਆ ਕੁੜੇ ਨਹੀਂ ਮੇਰੀ ਗੱਡੀ ਨਕਾਬ ਢਿੱਲੋਂ, ਠੀਕ ਹੈ। ਇਹ ਕਿੱਡੀ ਸੋਹਣੀ ਚੀਜ਼ ਆ, ਵੱਖਰਾ ਜਿਹਾ ਨਾਮ, ਮੂੰਹ ਤੇ ਮੁੱਕ ਨਕਾਬ ਵੀ ਲਾਇਆ ਆ ਅਤੇ ਬਾਈ ਗਾ ਵੀ ਰਿਹਾ, ਮੋਸਟਲੀ ਰੈਪਰ ਨੇ ਲਾਇਆ ਹੁੰਦਾ। ਬਾਬਾ ਕੁੜੇ ਦਿਲ ਤੋਂ ਫਿਲਟਰ ਨਹੀਂ ਲਾਏ ਭਾਵੇਂ ਚਿਹਰੇ ਦੇ ਨਕਾਬ ਆ ਕੁੜੇ ਨਹੀਂ ਮੇਰੀ ਗੱਡੀ ਪਿੱਛੇ ਸੋਹਣੀਏ ਮਜੈਲ ਲਿਖਿਆ ਨਹੀਂ ਮੇਰੀ ਗੱਡੀ ਪਿੱਛੇ ਸੋਹਣੀਏ ਮਜੈਲ ਲਿਖਿਆ ਨਹੀਂ ਮੇਰੀ ਗੱਡੀ ਪਿੱਛੇ ਸੋਹਣੀਏ ਹਾਂ ਰੱਖ ਸਕੇ ਨਾ ਮਜੈਲਾਂ ਦੀ ਕੋਈ ਹਵਾ ਨੂੰ ਕੁੜੇ ਪੁੱਤ ਸ਼ੇਰ ਦੇ ਰਕਾਂ ਨੇ ਸਾਡੇ ਖੂਨ ਚ ਦਲੇ। ਓਕੇ ਬਾਈ ਵੀ ਰੈਪਰ ਹੀ ਹੈ ਰਿਹਾ। ਜਿਹੜੀ ਪਾਰਨੇ ਨੂੰ ਫਿਰਦੀ ਆ ਰਗਾਂ ਨੂੰ ਕੁੜੇ ਸਾਡੇ ਹਰਥਾ ਤੇ ਸਿੰਘ ਹੁੰਦੇ ਅੜੇ ਸੋਹਣੀਏ ਬਿਨਾ ਗੱਲ ਤੋਂ ਨਾ ਕਦੇ ਕਿਤੇ ਲੜੇ ਸੋਹਣੀਏ ਨੀ ਦਾਦਿਆਂ ਤੋਂ ਬੜੇ ਨੀ ਮੈਂ। ਇਹ ਬੰਦਾ ਗਾ ਵੀ ਸਕਦਾ ਹੈ ਅਤੇ ਇਹ ਬੰਦਾ ਰੈਪ ਵੀ ਕਰ ਸਕਦਾ ਹੈ। ਮੈਨ ਟੈਲੈਂਟ ਹੀ ਟੈਲੈਂਟ, ਕਿਆ ਬਾਤ ਹੈ। ਮੇਰੇ ਖਿਆਲ ਬਾਈ ਨੇ ਲਿਖਿਆ ਵੀ ਆਪੇ ਹੀ ਹੈ ਗਾਣਾ। ਉਹ ਵਾਹ ਬਾਈ ਵਾਹ, ਕੰਪੋਜ਼ ਵੀ ਯਾਰ। ਨੀ ਬਾਪ ਦਾਦਿਆਂ ਤੋਂ ਬੜੇ ਨੀ ਮੈਂ ਦਾ ਸਿੱਖਿਆ ਨੀ ਮੇਰੀ ਗੱਡੀ ਪਿੱਛੇ ਸੋਹਣੀਏ ਮਜੈਲ ਲਿਖਿਆ ਨੀ ਮੇਰੀ ਗੱਡੀ ਪਿੱਛੇ ਸੋਹਣੀਏ ਮਜੈਲ ਲਿਖਿਆ ਨੀ ਮੇਰੀ ਗੱਡੀ ਪਿੱਛੇ ਸੋਹਣੀਏ ਪਿੱਤਲ ਹੀ ਪਿੱਤਲ ਕਰ ਦਿਆਂਗੇ ਸੋਹਣਿਆ। ਬੰਦਾ ਮਾਰਨਾ ਕਿ ਨਹੀਂ, ਕੀ ਕਿਵੇਂ ਮਤਲਬ ਕੀ ਕਰਨਾ ਤਾਮ ਜਾਮ, ਯਾਨੀ ਕਿ ਜੇ ਬਚਣਾ ਵੀ ਅਸੀਂ ਤਾਂ ਨਿਕਲਣਾ ਵੀ ਤਾਂ ਕਿਵੇਂ ਆ, ਕੀ ਚੀਜ਼ ਆ। ਸਾਡੇ ਥਾਣੇ ਅੱਜ ਭਰੇ ਪਏ ਫੈਲ ਲਿਖਿਆ ਨੀ ਮੇਰੀ ਗੱਡੀ ਪਿੱਛੇ ਸੋਹਣੀਏ ਮਜੈਲ ਲਿਖਿਆ ਯਾਰ ਆਹ ਚੀਜ਼ ਹਲਕਾ ਜਿਹਾ ਮੈਨੂੰ ਲੱਗਿਆ ਜਿਵੇਂ ਸਿਰ ਸੁਰ ਟੁੱਟ ਗਿਆ ਇੱਥੇ। ਫੈਲ ਲਿਖਿਆ ਨੀ ਮੇਰੀ ਗੱਡੀ ਪਿੱਛੇ ਸੋਹਣੀਏ ਮਜੈਲ ਲਿਖਿਆ ਨੀ ਮੇਰੀ ਗੱਡੀ ਪਿੱਛੇ ਸੋਹਣੀਏ ਮਜੈਲ ਲਿਖਿਆ ਨੀ ਮੇਰੀ ਗੱਡੀ ਪਿੱਛੇ ਕਿਲੇ ਕੱਟਦਾ ਰੱਖਾਂ ਨੇ ਧੌਣ ਵਿੱਚੋਂ ਬੋਲਦੇ ਤੇ ਮੈਂ ਗਾਂ ਹੋ ਗਏ ਜਾਵਾਂ ਵੈਰ ਮੂਰੋ ਮੈਨੂੰ ਮਾਣਿਆ ਬਥੇਰਾ ਨੀ ਮਜੈਲ ਹੋਣ ਤੇ ਬਹੁਤ ਜ਼ਿਆਦਾ ਨਿੱਕੇ ਹੁੰਦੇ ਆ ਤੋਂ ਕੀਤੇ ਮੈਂ ਦਾਤਰ ਤਿੱਖਿਆ ਨੀ ਮੇਰੀ ਗੱਡੀ ਪਿੱਛੇ ਸੋਹਣੀਏ ਮਜੈਲ ਲਿਖਿਆ ਨੀ ਮੇਰੀ ਗੱਡੀ ਪਿੱਛੇ ਸੋਹਣੀਏ ਮਜੈਲ ਗਾਣਾ ਧਾਕੜਾ ਪਰ ਬੀਟ ਟ੍ਰਿਪੀ ਜੀ ਹੈ, ਗਾਣਾ ਦਾ ਟ੍ਰਿਪੀ ਜੀ ਫੀਲ ਦੇ ਭਾਵੇਂ ਕਲੱਬ ਚ ਲਾ ਲੂੰ। ਮਜੈਲ ਲਿਖਿਆ ਨੀ ਮੇਰੀ ਗੱਡੀ ਪਿੱਛੇ ਸੋਹਣੀਏ ਇਸ ਮਾਝਾ ਬੇਬੀ ਇਹ ਵੀ ਵੇਖਣੇ ਨੂੰ ਮੈਨੂੰ ਮੇਰੇ ਘਰ ਜਿਆ ਲੱਗੇ ਬ੍ਰੈਂਪਟਨ ਕੁੜੇ ਅੰਬਰਸਰ ਜਿਆ ਲੱਗੇ ਜਿੱਥੇ ਯਾਰੀਆਂ ਨੂੰ ਬਿੱਲੋ ਸਰੀ ਲੱਗਦੇ ਮੈਨੂੰ ਤਰਨ ਤਾਰਨ ਬਿੱਲੋ ਜਿੱਥੋਂ ਪੱਕੀ ਗੱਲ ਪਵਾ ਤੋਰ ਸੋਹਣੀਏ ਮਿਸੀ ਸਾਗਾ ਲੱਗੇ ਗਰਦਾਹਪੁਰ ਸੋਹਣੀਏ ਕਨੇਡਾ ਇਸ ਮਾਝਾ, ਠੀਕ
ਕਰਤਾਰਪੁਰ ਬਾਕੀ ਯਾਰੀਆਂ ਦੇ ਪਿੱਛੇ ਜਿਨੇ ਜੇਲ ਵੇਖਿਆ ਨੀ ਉਹਦੀ ਗੱਡੀ ਪਿੱਛੇ ਸੋਣੀਏ ਮਜੈਲ ਲਿਖਿਆ ਨੀ ਮੇਰੀ। ਬਹੁਤ ਵੱਡੀ ਗੱਲ ਆ ਇਹ, ਕੋਈ ਫਲੈਕਸ ਨੀਗਾ, ਇਹ ਵਾਕਈ ਚੀਜ਼ਾਂ ਹੁੰਦੀਆਂ ਨੇ। ਮੁੰਡੇ ਕਿੰਨੇ ਕਿੰਨੇ ਸਾਲ ਜੇਲ੍ਹ ਕੱਟੇ ਆਉਂਦੇ ਨੇ ਯਾਰਾਂ ਪਿੱਛੇ ਕਰਕੇ, ਯਾਰਾਂ ਪਿੱਛੇ ਕਾਰੇ ਕਰੇ ਅਤੇ ਬਾਹਰ ਨਿਕਲ ਕੇ ਫਿਰ ਵੀ ਉਹਨਾਂ ਨੂੰ ਉੱਦਾਂ ਹੀ ਖਿਆਲ ਰੱਖਦੇ ਆ। ਕਿਉਂ? ਕਿਉਂਕਿ ਪਿੱਛੇ ਯਾਰਾਂ ਨੇ ਵੀ ਉਹਨਾਂ ਟਾਈਮ ਘਰਦਿਆਂ ਦਾ ਉਨਾ ਹੀ ਖਿਆਲ ਰੱਖਿਆ ਹੁੰਦਾ। ਗੱਡੀ ਪਿੱਛੇ ਸੋਣੀਏ ਮਜੈਲ ਲਿਖਿਆ ਨੀ ਮੇਰੀ ਗੱਡੀ ਪਿੱਛੇ। ਅੱਖ ਡੀਕਦੀ ਆ ਜੰਗ ਦਾ ਮੈਦਾਨ ਸੋਣੀਏ, ਨੱਥ ਪਾਦਾ ਕੁੜੇ ਮੱਛਰੇ ਜੋ ਸਾਂ ਸੋਣੀਏ, V8 ਤੇ ਇੰਜਣ ਜਿਨੀ ਜਾਂ। ਓਏ 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 ਓਏ, ਆ ਰਿਪਲਾਈ ਤਾਂ ਨਹੀਂ, ਕਿਤੇ ਰਿਪਲਾਈ ਤਾਂ ਨਹੀਂ ਇਹ ਸਾਨਾਂ ਨੂੰ। ਦਮਦਾਨ ਸੋਣੀਏ ਨੱਥ ਪਾਦਾ ਕੁੜੇ ਮੱਛਰੇ ਜੋ ਸਾਂ ਸੋਣੀਏ, V8 ਤੇ ਇੰਜਣ ਜਿਨੀ ਜਾਨ ਸੋਣੀਏ, ਨੀਵੇਂ ਮਾਝੇ ਵਿੱਚ ਵੱਜਾ ਪਲਵਾਨ ਸੋਣੀਏ। ਇੱਥੇ ਜੰਮਦੇ ਜਵਾਕ ਸੂਲਾ ਨਾਲੋਂ ਤਿੱਖਿਆ ਨੀ ਮੇਰੀ ਗੱਡੀ ਪਿੱਛੇ ਸੋਣੀਏ। ਮਿੱਠੀ ਬੋਲੀ ਅਤੇ ਕੱਬਾ ਸੁਭਾਅ, ਇਹ ਮਾਝੇ ਵਾਲਿਆਂ ਦੀ ਖਾਸੀਅਤ ਕਹਿ ਸਕਦੇ ਹਾਂ। ਮੰਨਦੇ ਹੋ ਸ਼ਾਹ ਜੀ? ਮਜੈਲ ਲਿਖਿਆ ਨੀ ਮੇਰੀ ਗੱਡੀ ਪਿੱਛੇ ਸੋਣੀਏ, ਮਜੈਲ ਲਿਖਿਆ ਨੀ ਮੇਰੀ ਗੱਡੀ ਪਿੱਛੇ ਸੋਣੀਏ। ਕੁੜੀਆਂ ਐਵੇਂ ਨੀ ਬੋਲੀਆਂ ਪਾਉਂਦੀ, ਆਹਾ ਬਾਬਲਾ ਹੱਟਦੇ, ਮੇਰਾ ਮਾਝੇ ਸਾਕ ਨਾ ਕਰਦੇ, ਉੱਥੋਂ ਦੇ ਚੱਕਾ ਪੁਰੇ ਸੁਣੀ ਦੇ ਬਹੁਤ ਜ਼ਿਆਦਾ। ਸ਼ਹਿਰ ਅੰਮ੍ਰਿਤਸਰ ਦੀ ਕੋਈ ਰੀਸ ਨਾ, ਹੈਂ ਗੱਲਬਾਤ ਆ ਬਈ, ਗੱਲਬਾਤ ਆ। ਮੈਂ ਸੱਚ ਕਹਿੰਦਾ ਕਿ ਗੱਲਾਂ ਹੀ ਸੁਣੀਆਂ ਸੀ ਬਾਕੀ, ਪਰ ਨਹੀਂ ਇਹ ਜਦ ਮੈਨੂੰ 2-3 ਦਿਨ ਹੋਏ ਆ, ਪਰ ਮੈਨੂੰ ਇੱਦਾਂ ਲੱਗਿਆ ਸੀ ਸ਼ਾਇਦ ਜੀ ਔਖਾ ਲੱਗੂਗਾ ਕਿਉਂਕਿ ਯਾਰ ਦੋਸਤ ਸਾਰੇ ਪਿੱਛੇ ਰਹਿ ਜਾਣੇ, ਹੈ ਨਾ। ਪਰ ਨਹੀਂ ਯਾਰ, ਬਹੁਤ ਪਿਆਰ ਹਾਲੇ ਤੱਕ ਤਾਂ ਬਹੁਤ ਪਿਆਰ ਮਿਲ ਰਿਹਾ, ਅਤੇ ਬੜੀ ਚੰਗੀ ਵਾਕ ਵੀ ਸਾਰਿਆਂ ਨਾਲ, ਬੜੇ ਕਈ ਮੁੰਡੇ ਪਛਾਣ ਲੈਂਦੇ, ਬੜੀ ਇੱਜ਼ਤ ਨਾਲ ਗੱਲ ਕਰਦੇ ਆ, ਹੈ ਨਾ। ਤਾਂ ਚੀਜ਼ ਵਧੀਆ ਲੱਗਦੀ ਆ। ਬਾਕੀ ਸ਼ਹਿਰ ਵਧੀਆ ਲੱਗਿਆ, ਹੱਸ ਕੇ, ਲਾਈਕ ਕਿਸੇ ਕੈਫੇ 'ਚ ਵੀ ਜਾ ਕੇ ਬੈਠੋ ਅਤੇ ਜਿਹੜੇ ਆਪਣੇ ਵੇਟਰ ਵਗੈਰਾ ਆਉਂਦੇ ਆ ਜਾਂ ਦੂਜੇ, ਹੈ ਨਾ, ਸਰਵਰਸ, ਉਹ ਵੀ ਬੜੇ ਪਿਆਰ ਨਾਲ ਗੱਲਬਾਤ ਕਰਦੇ, ਬੜਾ ਤਰੀਕਾ ਹੱਸ ਕੇ, ਹੈ ਨਾ, ਉਹ ਤਰੀਕੇ ਨਾਲ ਗੱਲ, ਹਾਸੇ ਵਾਲੀ ਗੱਲ ਹੋਗੀ ਤਾਂ ਹੱਸਣਗੇ ਸਾਰੇ, ਰੁੱਖਾ ਜਿਹਾ ਸੁਭਾਅ ਨਹੀਂ ਹੈਗਾ, ਬੜਾ ਪਿਆਰੀ ਲੱਗੀ ਇਹ ਚੀਜ਼ ਮੈਨੂੰ। ਅਤੇ ਗਾਣਾ ਬਹੁਤ ਸੋਹਣਾ ਬਾਈ ਤੁਹਾਡਾ, ਥੋੜ੍ਹੀ ਜਿਹੀ ਜਿਹੜੀ ਸਨੇਅਰ ਦੀ ਆਵਾਜ਼ ਸੀਗੀ ਮਿਕਸ ਮਾਸਟਰ 'ਚ, ਉਹ ਥੋੜ੍ਹੀ ਜ਼ਿਆਦਾ ਲੱਗੀ ਮੈਨੂੰ, ਠੱਕ ਠੱਕ, ਉਹ ਥੋੜ੍ਹੀ ਜ਼ਿਆਦਾ ਲੱਗੀ ਮੈਨੂੰ ਸਨੇਅਰ ਦੀ ਆਵਾਜ਼। ਬਾਕੀ ਇਟਸ ਗੁੱਡ, ਸਤਿ ਸ਼੍ਰੀ ਅਕਾਲ।